ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਕਿਸਤਾਨ ਫੇਰੀ ਤੋਂ ਬਾਅਦ ਭਾਰਤ ਪਾਕਿਸਤਾਨ ਅਟਾਰੀ ਸਰਹੱਦ ਪਾਰ ਕਰਕੇ ਵਾਪਸ ਦੇਸ਼ ਪਰਤ ਆਏ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਪਣੀ ਪਾਕਿਸਤਾਨ ਫੇਰੀ ਦੌਰਾਨ ਉਹਨਾਂ ਗੁਰੂਧਾਮਾਂ ਦੇ ਦਰਸ਼ਨ ਕੀਤੇ। ਉਹਨਾਂ DGP ਪੰਜਾਬ ਦਿਨਕਰ ਗੁਪਤਾ ਦੇ ਬਿਆਨਾਂ ਨੂੰ ਮਦਭਾਗਾ ਦੱਸਦਿਆਂ ਆਖਿਆ ਕਿ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਪਾਕਿਸਤਾਨ ਦੇ ਵਿੱਚ 21 ਫਰਵਰੀ ਨੂੰ ਜੋ ਨਨਕਾਣਾ ਸਾਹਿਬ ਦੇ ਪਾਵਨ ਧਰਤੀ ਦੇ ਉੱਤੇ ਨਨਕਾਣਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਦੇ ਲਈ ਮਹਾਨ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸੀ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਅਸੀਂ ਪਾਕਿਸਤਾਨ ਗਏ ਸੀ। ਪਾਕਿਸਤਾਨ ਗੁਰਦੁਆਰਾ ਜੋ ਪ੍ਰਬੰਧਕ ਕਮੇਟੀ ਹੈ ਉਸ ਨੇ, ਪਾਕਿਸਤਾਨ ਦੇ ਸਿੱਖਾਂ ਨੇ, ਪਾਕਿਸਤਾਨ ਦੀ ਗਵਰਨਮੈਂਟ ਨੇ ਬਹੁਤ ਹੀ ਜ਼ਿਆਦਾ ਮਾਣ ਇੱਜ਼ਤ ਬਖਸ਼ਿਆ ਹੈਗਾ। ਅਸੀਂ ਕੇਵਲ ਅਸੀਂ ਨਹੀਂ ਬਲਕਿ ਬਾਹਰਲੇ ਮੁਲਕਾਂ ਤੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਹੈ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਈ ਸੀ। ਉੱਥੇ ਦੀਵਾਨ ਸਜੇ ਆ, ਕਥਾ ਕੀਰਤਨ ਹੋਇਆ ਔਰ ਬੜੀ ਖੁਸ਼ੀ ਹੋਈ ਹੈ। ਅਤੇ ਕਰਤਾਰਪੁਰ ਨਨਕਾਣਾ ਸਾਹਿਬ ਤੋਂ ਇਲਾਵਾ ਅਸੀਂ ਬਾਕੀ ਗੁਰਦੁਆਰੇ ਸਾਹਿਬਾਨ ਦੇ ਦਰਸ਼ਨ ਕਰਕੇ ਵੀ ਆਏ ਹਾਂ, ਜਿਵੇਂ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ, ਲਾਹੌਰ ਡੇਰਾ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਤੋਂ ਇਲਾਵਾ ਅਸੀਂ ਸਿਆਲਕੋਟ ਗੁਰਦੁਆਰਾ ਬਾਬੇ ਦੀ ਬੇਰ ਉਹਦੇ ਵੀ ਦਰਸ਼ਨ ਕਰਕੇ ਆਏ ਹਾਂ ਔਰ ਰੋੜੀ ਸਾਹਿਬ ਉਹਦੇ ਵੀ ਦਰਸ਼ਨ ਕਰਕੇ ਆਏ ਹਾਂ। ਕਾਫੀ ਸਾਰੇ ਗੁਰਦੁਆਰੇ ਜਿਹੜੇ ਅਜੇ ਸੰਗਤਾਂ ਲਈ ਖੋਲ੍ਹੇ ਨਹੀਂ ਗਏ ਉਹਨਾਂ ਦੇ ਵੀ ਅਸੀਂ ਦਰਸ਼ਨ ਕਰਕੇ ਆਏ। ਗਲਤੀ ਬਹੁਤ ਵੱਡੀ ਹੈ ਅਤੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਮੈਨੂੰ ਲੱਗਦਾ ਕਿ ਇਸ ਅਹੁਦੇ ਤੋਂ ਹਟ ਜਾਣਾ ਚਾਹੀਦਾ ਹੈ। ਐਡਾ ਇਹ ਕਿਉਂਕਿ ਇਹ ਬਿਆਨ ਜਿਹੜਾ ਹੈ ਇਹਨੇ ਵਰਲਡ ਦੇ ਸਿੱਖਾਂ ਦੇ ਹਿਰਦੇ ਜਿਹੜੇ ਆ ਬਲੁੰਦਰੇ ਆ, ਮਤਲਬ ਬਹੁਤ ਜ਼ਿਆਦਾ ਮਨ ਨੂੰ ਦੁੱਖ ਹੋਇਆ, ਜਿਹਨੇ ਵੀ ਸੁਣਿਆ ਹੈਗਾ ਉਹਦੇ ਮਨ ਨੂੰ ਇੰਨੀ ਠੇਸ ਪਹੁੰਚੀ ਹੈ ਕਿ ਉਹ ਬਿਆਨ ਤੋਂ ਹੀ ਪਰੇ ਹੈ।